ਸ਼ਾਮ ਨੂੰ 8:30 ਇਹ ਲੈ ਕੇ ਆਉਂਦੇ ਹੁੰਦੇ ਸੀ ਗੱਡੀ 'ਚ, ਮਾਂਗਰਲੀ ਸੀਟ 'ਤੇ ਪੈ ਕੇ ਆਉਂਦੀ ਸੀ। ਇਸ ਮਨਪ੍ਰੀਤ ਕੌਰ ਦੇ ਕੁਝ ਪਿੰਡ ਦੇ ਬੰਦੇ 'ਤੇ ਇੱਕ ਅੱਧਾ ਬਾਰਨਾ ਸੀ, ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਚੱਲ ਰਹੇ ਸੀ। ਮੇਰੀ ਗੈਰ ਮੌਜੂਦਗੀ 'ਚ ਉਹਨਾਂ ਨੂੰ ਬੁਲਾਇਆ ਜਾਂਦਾ ਸੀ। ਇਹ ਜੀ ਵਿਆਹ ਦੀ ਜਿਹੜੀ ਸੱਚਾਈ ਹੈਗੀ ਇਹ ਝੂਠੀ ਆ। ਇਹ ਅਸਲ ਵਿਆਹ ਤਾਂ ਜਤਿੰਦਰ ਸਿੰਘ ਨਾਲ ਹੋਇਆ ਜੀ, ਸ਼ਮਸ਼ੇਰ ਸਿੰਘ ਦਾ ਵਿਆਹ ਨਹੀਂ ਹੋਇਆ। ਮੈਂ ਉਸ ਚੀਜ਼ ਬਾਰੇ ਜੋ ਵਾਇਰਲ ਹੋ ਰਿਹਾ ਕੁਛ ਨਹੀਂ ਕਹਿ ਸਕਦਾ, ਮੈਨੂੰ ਖੁਦ ਵੀ ਪੁਸ਼ਟੀ ਨਹੀਂ ਹੈਗੀ। ਕਹਿੰਦੇ ਨੇ ਕਿਸੇ ਦੇ ਪਰਿਵਾਰਕ ਕੰਮਾਂ ਜਾਂ ਫਿਰ ਨਿੱਜੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਪਰ ਜਦੋਂ ਪਰਿਵਾਰਕ ਮਸਲਾ ਸਮਾਜ ਲਈ ਖਤਰਨਾਕ ਸਿੱਧ ਹੋਣ ਲੱਗ ਜਾਏ ਤਾਂ ਦਖਲ ਦੇਣਾ ਲਾਜ਼ਮੀ ਬਣ ਜਾਂਦਾ। ਇਸੇ ਤਰ੍ਹਾਂ ਦਾ ਮਸਲਾ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਸ਼ਮਸ਼ੇਰ ਸਿੰਘ ਦੇ ਨਾਲ ਜੁੜਿਆ। ਜੀ ਹਾਂ, ਉਹੀ ਬਜ਼ੁਰਗ ਸ਼ਮਸ਼ੇਰ ਸਿੰਘ ਜਿਸ ਵੱਲੋਂ 23 ਸਾਲਾ ਕੁੜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਲਾਵਾਂ ਲੈਣ ਦੀ ਤਸਵੀਰ ਵਾਇਰਲ ਹੋ ਰਹੀ ਹੈ। ਸਭ ਹੈਰਾਨ ਸਨ ਕਿ ਸਭ ਕੁਝ ਕਿਵੇਂ ਹੋ ਸਕਦਾ। ਇਸੇ ਕਰਕੇ ਅਸੀਂ ਵੀ ਇਸ ਦੇ ਪਿੱਛੇ ਦੀ ਸੱਚਾਈ ਜਾਣਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਸ਼ਮਸ਼ੇਰ ਸਿੰਘ ਦੀ ਨੂੰਹ ਮਨਪ੍ਰੀਤ ਕੌਰ ਅਤੇ ਪੋਤੀ ਦੇ ਨਾਲ ਮਿਲਾ ਚੁੱਕੇ ਹਾਂ, ਜਿਨ੍ਹਾਂ ਦਾ ਤਾਂ ਇਹੀ ਕਹਿਣਾ ਸੀ ਕਿ ਇਹ ਵਿਆਹ ਸ਼ਮਸ਼ੇਰ ਸਿੰਘ ਵੱਲੋਂ ਨਹੀਂ ਬਲਕਿ ਉਸਦੇ ਪੁੱਤਰ ਜਤਿੰਦਰ ਸਿੰਘ ਵੱਲੋਂ ਕਰਵਾਇਆ ਗਿਆ। ਸ਼ਮਸ਼ੇਰ ਸਿੰਘ ਨੇ ਤਾਂ ਦਿਖਾਵਾ ਕੀਤਾ, ਕਿਉਂਕਿ ਜਤਿੰਦਰ ਸਿੰਘ ਦਾ ਆਪਣੀ ਘਰਵਾਲੀ ਮਨਪ੍ਰੀਤ ਕੌਰ ਦੇ ਨਾਲ ਵਿਵਾਦ ਚੱਲਦਾ ਰਿਹਾ, ਇਸ ਕਰਕੇ ਉਹ ਦੂਜਾ ਵਿਆਹ ਕਰਵਾ ਨਹੀਂ ਸਕਦਾ ਸੀ। ਅਤੇ ਸਬੂਤਾਂ ਵਜੋਂ ਸ਼ਮਸ਼ੇਰ ਸਿੰਘ ਨੇ ਇਹ ਵਿਆਹ ਕਰਵਾ ਕੇ ਕੁੜੀ ਨੂੰ ਲੜ ਆਪਣੇ ਪੁੱਤਰ ਜਤਿੰਦਰ ਸਿੰਘ ਦੇ ਲਗਾਇਆ। ਸ਼ਮਸ਼ੇਰ ਸਿੰਘ ਦੀ ਨੂੰਹ ਮਨਪ੍ਰੀਤ ਕੌਰ ਨੇ ਤਾਂ ਇੰਨਾ ਵੀ ਕਿਹਾ ਕਿ ਇਸ ਵਿਆਹ ਤੋਂ ਪਹਿਲਾਂ ਵੀ ਇਸ ਕੁੜੀ ਨੂੰ ਦੋਵੇਂ ਬਾਪ ਪੁੱਤ ਰਾਤ ਵੇਲੇ ਗੱਡੀ ਦੀ ਪਿਛਲੀ ਸੀਟ 'ਤੇ ਲੰਮੀ ਪਾ ਕੇ ਲੈ ਕੇ ਆਉਂਦੇ ਸਨ ਤਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗ ਸਕੇ। ਉਸ ਇੰਟਰਵਿਊ ਵਿੱਚੋਂ ਕੁਝ ਹਿੱਸਾ ਤੁਹਾਨੂੰ ਇੱਕ ਵਾਰ ਫਿਰ ਸੁਣਾ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਸੁਣਾਉਂਦੇ ਹਾਂ ਸ਼ਮਸ਼ੇਰ ਸਿੰਘ ਦੇ ਪੁੱਤਰ ਜਤਿੰਦਰ ਸਿੰਘ ਦੀ ਸਾਰੀ ਗੱਲਬਾਤ। ਇਹ ਜੀ ਵਿਆਹ ਦੀ ਜਿਹੜੀ ਸੱਚਾਈ ਹੈਗੀ ਇਹ ਝੂਠੀ ਆ। ਇਹ ਅਸਲ ਵਿਆਹ ਤਾਂ ਜਤਿੰਦਰ ਸਿੰਘ ਨਾਲ ਹੋਇਆ ਜੀ, ਸ਼ਮਸ਼ੇਰ ਸਿੰਘ ਦਾ ਵਿਆਹ ਨਹੀਂ ਹੋਇਆ। ਸਾਨੂੰ ਸ਼ਰਮ ਆਉਂਦੀ ਹੈਗੀ ਵੀ ਹੈ ਨਾ, ਸਾਨੂੰ ਹੈ ਨਾ ਜਵਾਕ ਵੀ ਕਹਿੰਦੇ ਹੈਗੇ ਹੈ ਨਾ ਤੁਹਾਡੇ ਡੈਡੀ ਨੇ ਕੀ ਕੀਤਾ। ਮੇਰੇ ਪਾਪਾ ਜੀ ਨੇ ਹੈ ਨਾ ਦਾਦਾ ਜੀ ਨੇ ਵਿਆਹ ਨਹੀਂ ਕਰਾਇਆ, ਮੇਰੇ ਪਾਪਾ ਨੇ ਵਿਆਹ ਕਰਵਾਇਆ। ਮੇਰੇ ਸਾਹਮਣੇ ਜੀ ਲਾਗੇ ਘਰ ਹੈਗਾ ਜੀ, ਉਹ ਨਾਰੇ ਦਾ ਘਰ ਹੈਗਾ, ਉਹਨਾਂ ਦੇ ਘਰ ਰਹਿੰਦੇ ਹੁੰਦੇ ਸੀ ਇਹ ਦੋਨੇ ਪਿਓ ਪੁੱਤ। ਅਤੇ ਉੱਥੇ ਸ਼ਾਮ ਨੂੰ 8:30 ਇਹ ਲੈ ਕੇ ਆਉਂਦੇ ਹੁੰਦੇ ਸੀ ਗੱਡੀ 'ਚ, ਮਾਂਗਰਲੀ ਸੀਟ 'ਤੇ ਪੈ ਕੇ ਆਉਂਦੀ ਸੀ ਵੀ ਕਿਸੇ ਨੂੰ ਪਤਾ ਨਾ ਲੱਗੇ। ਸਵੇਰੇ 5:30 ਚਲੀ ਜਾਂਦੀ ਸੀ ਮਾਂਗਰਲੀ ਸੀਟ 'ਤੇ ਹੀ ਪੈ ਕੇ। ਜਦੋਂ ਤੁਹਾਡੀ ਮੈਰਿਜ ਹੋਈ ਸੀ ਕੀ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਆਨੰਦ ਕਾਰਜ ਹੋ ਕੇ ਜਿਹੜੀ ਹੈਗੀ ਹੈ ਤੁਹਾਡੀ ਮੈਰਿਜ ਹੋਈ ਸੀ? ਹਾਂਜੀ, ਮਹਾਰਾਜ ਦੇ ਸਰੂਪ ਦੇ ਸਾਹਮਣੇ ਸਾਡੀ ਆਨੰਦ ਕਾਰਜ ਹੋਏ ਸੀ ਜੀ। ਹਾਂਜੀ, ਇਹ ਬੇਅਦਬੀ ਹੈ ਗੁਰੂ ਗ੍ਰੰਥ ਸਾਹਿਬ ਦੀ, ਜਿਹਨਾਂ ਮੂਹਰੇ ਨੇ ਕਹਿੰਦੇ ਅਸੀਂ ਲਾਵਾਂ ਲੈਤੀਆਂ ਨੇਗੀਆਂ। ਵੱਧ ਤੋਂ ਵੱਧ ਤਾਂ ਹੁਣ ਪਾਠੀ ਨੂੰ ਵੀ ਸੰਗ ਚਾਹੀਦੀ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਇਹਨਾਂ ਦੇ ਲਾਵਾਂ ਕਰਾਈਆਂ ਨੇਗੀਆਂ। ਮਾਮਲਾ ਇੱਕ ਪੱਖੀ ਜਾਪ ਰਿਹਾ ਸੀ। ਇਸ ਤੋਂ ਬਾਅਦ ਸਾਡੇ ਚੈਨਲ ਦੇ ਪੱਤਰਕਾਰ ਸੰਜੀਵ ਗੋਇਲ ਵੱਲੋਂ ਸ਼ਮਸ਼ੇਰ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸ਼ਮਸ਼ੇਰ ਸਿੰਘ ਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਅਤੇ ਗੱਲਬਾਤ ਤੋਂ ਬਾਅਦ ਉਸਦੇ ਪੁੱਤਰ ਜਤਿੰਦਰ ਸਿੰਘ ਨੂੰ ਕੈਮਰੇ 'ਤੇ ਲਿਆਉਣ ਦੇ ਲਈ ਗੱਲਬਾਤ ਕੀਤੀ ਗਈ ਤਾਂ ਕਿ ਜਤਿੰਦਰ ਸਿੰਘ ਦਾ ਵੀ ਪੱਖ ਜਾਣਿਆ ਜਾ ਸਕੇ। ਜਦੋਂ ਜਤਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ ਪਿਓ ਵੱਲੋਂ 23 ਸਾਲਾ ਕੁੜੀ ਨਾਲ ਵਿਆਹ ਕਰਵਾਏ ਜਾਣ 'ਤੇ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ।
ਜਤਿੰਦਰ ਸਿੰਘ ਤਾਂ ਬਸ ਇਹੀ ਕਹਿ ਰਿਹਾ ਕਿ ਉਸਨੂੰ ਆਪਣੀ ਘਰਵਾਲੀ ਤੋਂ ਤਲਾਕ ਚਾਹੀਦਾ ਹੈ ਕਿਉਂਕਿ ਉਸਦੇ ਸੰਬੰਧ 3-4 ਲੋਕਾਂ ਨਾਲ ਹੋਰ ਨੇ। ਜਤਿੰਦਰ ਜੀ, ਇਹ ਸੋਸ਼ਲ ਮੀਡੀਆ 'ਤੇ ਜਿਹੜੀ ਤੁਹਾਡੇ ਫਾਦਰ ਸਾਹਿਬ ਦੀ ਅਤੇ ਇੱਕ ਤੁਹਾਡੀ ਜਿਹੜੀ ਨਵਪ੍ਰੀਤ ਕੌਰ ਦੀ ਵੀਡੀਓ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ, ਅਸਲ ਸੱਚਾਈ ਇਹ ਕੀ ਹੈਗੀ ਹੈ? ਲੋਕ ਜਾਣਨਾ ਚਾਹੁੰਦੇ ਨੇ ਸੱਚਾਈ ਕੀ ਹੈ। ਸੱਚਾਈ ਤਾਂ ਇਸ ਚੀਜ਼ ਦੀ ਪੁਸ਼ਟੀ ਮੈਨੂੰ ਵੀ ਨਹੀਂ ਹੈ ਵੀ ਇਹ ਕੀ ਸੱਚਾਈ ਹੈ ਕੀ ਨਹੀਂ ਹੈ। ਮੈਂ ਤਾਂ ਆਪਣੀ ਹੱਡਬੀਤੀ ਦੱਸ ਸਕਦਾ ਜੋ ਮੈਂ 3 ਸਾਲਾਂ ਤੋਂ ਲੜ ਰਿਹਾ। ਮੇਰਾ ਡਾਈਵੋਰਸ ਚੱਲ ਰਿਹਾ ਮੇਰੀ ਪਤਨੀ ਨਾਲ, ਮਨਪ੍ਰੀਤ ਕੌਰ ਨਾਲ। ਇਸ ਮਨਪ੍ਰੀਤ ਕੌਰ ਦੇ ਕੁਝ ਪਿੰਡ ਦੇ ਬੰਦੇ ਅਤੇ ਇੱਕ ਅੱਧਾ ਬਾਹਰਲਾ ਸੀ, ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਚੱਲ ਰਹੇ ਸੀ, ਮੇਰੀ ਗੈਰ ਮੌਜੂਦਗੀ 'ਚ ਉਹਨਾਂ ਨੂੰ ਬੁਲਾਇਆ ਜਾਂਦਾ ਸੀ। ਮੈਨੂੰ ਇਹ ਗੱਲ ਉਹਦੇ ਕਾਲ ਰਿਕਾਰਡਿੰਗ ਤੋਂ ਕਨਫਰਮ ਹੋਈ ਹੈ ਕੰਪਲੀਟ, ਅਤੇ ਕੁਝ ਬੰਦਿਆਂ ਨੇ ਪਹਿਲਾਂ ਵੀ ਆਗਾਹ ਕੀਤਾ ਸੀ ਮੈਨੂੰ ਵੀ ਇੱਦਾਂ ਕਰਕੇ ਗਲਤ ਹੋ ਰਿਹਾ ਕੰਮ, ਅਤੇ ਮੈਂ ਖੁਦ ਸੱਚ ਜਾਣਨ ਲਈ ਕਾਲ ਰਿਕਾਰਡ ਲਾਇਆ ਸੀ, ਅਤੇ ਉਹ ਤੋਂ ਜੋ ਪਤਾ ਲੱਗਿਆ ਬਸ ਰੱਬ ਦੀ ਨੋ ਆ। ਜੋ ਨਵਪ੍ਰੀਤ ਕੌਰ ਹੈ ਉਹਨਾਂ ਨਾਲ ਵੀ ਅਸੀਂ ਗੱਲ ਕਰਨੀ ਚਾਹੀਦੀ ਹੈ, ਉਹ ਕਹਿੰਦੇ ਨੇ ਵੀ ਜਤਿੰਦਰ ਸਿੰਘ ਨਾਲ ਮੈਰਿਜ ਹੋਈ ਹੋਈ ਹੈ, ਪਰ ਲੇਕਿਨ ਜੋ ਜਿਹੜਾ ਸੁਰਖੀਆਂ ਬਣੀਆਂ ਹੋਈਆਂ ਨੇ ਤੁਹਾਡੇ ਫਾਦਰ ਸਿੰਘ ਦੀਆਂ, ਸ਼ਮਸ਼ੇਰ ਸਿੰਘ ਦੀਆਂ, ਵੀ ਉਹ ਅਸੀਂ ਇੱਕ ਡਰਾਮਾ ਕੀਤਾ ਸੀਗਾ। ਨਹੀਂ ਜੀ, ਇਹ ਬਿਲਕੁਲ ਵੀ ਸੱਚਾਈ ਨਹੀਂ ਹੈਗੀ ਵੀ ਆ ਜਾਂ ਇਹ ਕੀਤਾ ਜਾਂ ਮੇਰੇ ਕਰਕੇ, ਨਹੀਂ। ਉਹ ਕੀ ਹੋਇਆ ਕੀ ਨਾ ਹੋਇਆ ਇਹਦੀ ਮੈਨੂੰ ਤਾਂ ਖੁਦ ਵੀ ਨਹੀਂ ਸੱਚਾਈ ਬਾਰੇ ਪਤਾ ਕਿੱਦਾਂ ਹੋਇਆ, ਨਾ ਹੀ ਮੇਰੇ ਕੋਲ ਇਸ ਚੀਜ਼ ਦੀ ਕੋਈ ਪੁਸ਼ਟੀ ਹੈ। ਤੁਸੀਂ ਹੁਣ ਕਿੱਥੇ ਰਹਿ ਰਹੇ ਹੋ, ਕੀ ਕੰਮ ਕਰ ਰਹੇ ਹੋ, ਤੁਹਾਡੇ ਕਿੰਨੇ ਬੱਚੇ ਹੈਗੇ? 2 ਬੱਚੇ ਜੀ, ਸੁਖਪ੍ਰੀਤ ਕੌਰ, ਯੁਵਰਾਜ ਸਿੰਘ। ਮੈਂ ਇੱਥੇ ਲੋਕਲੀ ਰਹਿੰਦਾ, ਸਿਵਲ ਹੋਸਪਿਟਲ ਸੰਗਰੂਰ ਵਿਖੇ ਜੋਬ ਕਰਦਾ। ਜਿਹੜੀ ਤੁਹਾਡੀ ਪਤਨੀ ਹੈ ਮਨਪ੍ਰੀਤ ਕੌਰ, ਅਸੀਂ ਉਹਨਾਂ ਨਾਲ ਵੀ ਅੱਜ ਗੱਲ ਕਰਨੀ ਚਾਹੀਦੀ ਹੈ। ਉਹਨਾਂ ਦੇ ਘਰ ਜਾ ਕੇ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਸੀਗਾ, ਅਤੇ ਉਹ ਤੁਹਾਡੇ ਖਿਲਾਫ਼ ਜਿਹੜੀ ਹੈਗੀ ਆ ਕਾਰਵਾਈ ਦੀ ਮੰਗ ਕਰ ਰਹੇ ਨੇ, ਔਰ ਉਹਨਾਂ ਨੇ ਕੋਰਟ ਦੇ ਵਿੱਚ ਵੀ ਜਿਹੜਾ ਹੈਗਾ ਲਾਤਾ, ਕੋਰਟ ਦੇ ਵਿੱਚ ਉਹਨਾਂ ਨੇ ਇਹ ਐਪਲੀਕੇਸ਼ਨ ਲਾਈ ਹੈ ਕਿ ਜੋ ਮੇਰੇ ਬਣਦੇ ਹੱਕ ਨੇ ਉਹ ਮੈਨੂੰ ਦਿੱਤੇ ਜਾਣ, ਮੈਂ ਪਰ ਲੇਕਿਨ ਜਿਹੜਾ ਹੈਗਾ ਤਲਾਕ ਨਹੀਂ ਲੈਣਾ। ਦੇਖੋ ਜੀ, ਤਲਾਕ ਨਹੀਂ ਲੈਣਾ ਉਹ ਤਾਂ ਉਹਦਾ ਕਹਿਣਾ ਗਾ, ਪਰ ਜੋ ਮੇਰੀ ਸਮੱਸਿਆ ਗਈ, ਮੈਨੂੰ ਤਾਂ ਡਾਈਵੋਰਸ ਹੀ ਚਾਹੀਦਾ ਨਾ। ਕੋਈ ਕਿਸੇ ਲੇਡੀਜ਼ ਦੇ ਇੰਨੇ ਐਕਸਟਰਾ ਮੈਰਿਟਲ ਅਫੇਅਰ ਹੋਣ, ਤੁਸੀਂ ਦੱਸੋ ਰਹਿ ਸਕਦੇ ਹੋ? ਕਿਸੇ ਦੀ ਵਾਈਫ ਦੇ 4-5 ਬੰਦਿਆਂ ਨਾਲ ਐਕਸਟਰਾ ਮੈਰਿਟਲ ਅਫੇਅਰ ਚੱਲਦੇ ਹੋਣ, ਉਹਨੂੰ ਵਾਰ ਵਾਰ ਸਮਝਾਇਆ ਵੀ ਜਾਵੇ, 10-12 ਸਾਲ ਮੈਰਿਜ ਹੋ ਗਏ, ਸਮਝਾਇਆ ਵੀ ਜਾਵੇ, ਜੇ ਨਹੀਂ ਬੰਦਾ ਪਾ ਜਾਂਦਾ ਫਿਰ ਬੰਦਾ ਸੁਸਾਈਡ ਥੋੜ੍ਹਾ ਕਰ ਸਕਦਾ, ਆਪਦਾ ਰਾਈਟ ਤਾਂ ਲਊਗਾ ਹੀ। ਕੀ ਮੰਨਦੇ ਹੋ ਤੁਹਾਡੀ ਲੜਾਈ ਦੇ ਵਿੱਚ ਤੁਹਾਡੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਨਹੀਂ ਖਰਾਬ ਹੋ ਰਿਹਾ, ਤੁਸੀਂ ਇਸ ਵੱਲ ਨਹੀਂ ਦੇਖ ਰਹੇ? ਦੇਖ ਰਿਹਾ ਜੀ, ਮੈਂ ਕੋਰਟ ਤੋਂ ਮੰਗ ਕੀਤੀ ਸੀ ਬੱਚਿਆਂ ਦੀ ਕਸਟਡੀ ਮੈਨੂੰ ਦਿੱਤੀ ਜਾਵੇ ਡਿਸਟ੍ਰਿਕਟ ਕੋਰਟ ਤੋਂ, ਉਹਨਾਂ ਨੇ ਹਜੇ ਮਿਲਣ ਦੀ ਹੀ ਕੰਡੀਸ਼ਨ ਲਾਈ ਆ, ਅਤੇ ਬਾਕੀ ਮਹੀਨਾਵਾਰ ਖਰਚਾ ਲਗਾਇਆ ਗਿਆ ਜੋ ਮੈਂ ਉੱਥੇ ਦੇ ਰਿਹਾ, ਬਸ ਇੰਨਾ ਕਿ ਹਜੇ ਕੋਰਟ ਦੇ ਵਿੱਚ ਹੋ ਸਕੇਗਾ, ਇਸ ਤੋਂ ਜ਼ਿਆਦਾ ਜੀ। ਜੋ ਤੁਹਾਡੇ ਫਾਦਰ ਸਾਹਿਬ ਦੀਆਂ ਫੋਟੋਆਂ ਔਰ ਤੁਹਾਡੀ ਜਿਹੜੀ ਨਵਪ੍ਰੀਤ ਕੌਰ ਹੈ ਨਵਵਿਹੁਤਾ ਕਹਿ ਰਹੇ ਨੇ ਵੀ ਉਹਨਾਂ ਦੀਆਂ ਜਿਹੜੀਆਂ ਕਾਫੀ ਫੋਟੋਆਂ ਵਾਇਰਲ ਹੋਈਆਂ ਨੇ, ਤੁਹਾਨੂੰ ਕੀ ਮਹਿਸੂਸ ਹੋ ਰਿਹਾ ਜਿਹੜਾ ਹੈਗਾ, ਤੁਸੀਂ ਨਹੀਂ ਗਿਲਟੀ ਫੀਲ ਕਰਦੇ ਹੈਗੇ? ਦੇਖੋ ਜੀ, ਗਿਲਟੀ ਤਾਂ ਫੀਲ ਹੁੰਦੇ ਹੀ ਹੈ ਥੋੜ੍ਹਾ, ਪਰ ਕੀ ਕਰ ਸਕਦਾ, ਨਾ ਮੈਂ ਇਸ ਚੀਜ਼ ਦਾ ਹੀ ਕੁਛ ਕਰ ਸਕਦਾ, ਨਾ ਹੀ ਮੈਂ ਉਸ ਚੀਜ਼ ਦਾ ਹੀ ਕੁਛ ਕਰ ਸਕਦਾ। ਮੈਨੂੰ ਤਾਂ ਆਪਦਾ ਇਨਸਾਫ ਚਾਹੀਦਾ, ਮੈਨੂੰ ਇਨਸਾਫ ਕੌਣ ਦੇਵੇਗਾ? ਜਿਹੜਾ ਲੋਕਾਂ ਦੇ ਵਿੱਚ ਹੈਗਾ ਕਾਫੀ ਮਜ਼ਾਕ ਦਾ ਚਰਚਾ, ਜਿਹੜਾ ਵਿਸ਼ਾ ਬਣਿਆ ਹੋਇਆ ਹੈਗਾ, ਲੋਕਾਂ ਨੂੰ ਤੁਸੀਂ ਸੱਚਾਈ ਕੀ ਕਹਿਣਾ ਚਾਹੁੰਦੇ ਹੋ ਵੀ ਲੋਕ ਕਿਸ ਗੱਲ 'ਤੇ ਵਿਸ਼ਵਾਸ ਕਰਨ, ਨਵਪ੍ਰੀਤ ਕੌਰ ਨੂੰ ਤੁਹਾਡੀ ਵਾਈਫ ਮੰਨਣ ਜਾਂ ਮਨਪ੍ਰੀਤ ਨੂੰ ਤੁਹਾਡੀ ਵਾਈਫ ਮੰਨਣ ਜਾਂ ਨਵਪ੍ਰੀਤ ਨੂੰ ਤੁਹਾਡੇ ਫਾਦਰ ਸਾਹਿਬ ਦੀ ਵਾਈਫ ਮੰਨਣ, ਕੀ ਮੰਨਣ ਉਹ ਲੋਕ ਸੱਚਾਈ ਚਾਹੁੰਦੇ ਨੇ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਫਿਲਹਾਲ ਤਾਂ ਡਾਈਵੋਰਸ ਚੱਲ ਰਿਹਾ, ਵਾਈਫ ਤਾਂ ਮਨਪ੍ਰੀਤ ਕੌਰ ਹੀ ਹੈ, ਸੈਪਰੇਟ ਹਾਂ, ਪਰ ਮੈਂ ਉਸ ਚੀਜ਼ ਬਾਰੇ ਜੋ ਵਾਇਰਲ ਹੋ ਰਿਹਾ ਕੁਛ ਨਹੀਂ ਕਹਿ ਸਕਦਾ, ਮੈਨੂੰ ਖੁਦ ਵੀ ਪੁਸ਼ਟੀ ਨਹੀਂ ਹੈਗੀ। ਸੋ ਤੁਸੀਂ ਸੁਣਿਆ ਜਤਿੰਦਰ ਸਿੰਘ ਜੋ ਮਨਪ੍ਰੀਤ ਕੌਰ ਦੇ ਰੀਅਲ ਵਾਈਫ ਮਨਪ੍ਰੀਤ ਕੌਰ ਹੈ ਜਤਿੰਦਰ ਸਿੰਘ ਦੀ। ਸੋ
ਜੋ ਵਿਸ਼ਾ ਬਣਿਆ ਹੋਇਆ ਹੈਗਾ ਨਵਪ੍ਰੀਤ ਕੌਰ ਦਾ, ਜੋ ਸ਼ਮਸ਼ੇਰ ਸਿੰਘ ਯਾਨੀ ਕਿ ਸ਼ਮਸ਼ੇਰ ਸਿੰਘ ਜਤਿੰਦਰ ਸਿੰਘ ਦੇ ਫਾਦਰ ਸਾਹਿਬ ਨੇ ਔਰ ਮਨਪ੍ਰੀਤ ਕੌਰ ਦੇ ਸਹੁਰਾ ਸਾਹਿਬ ਨੇ, ਜੇ ਆਪਾਂ ਗੱਲ ਕਰ ਲਈਏ ਸ਼ਮਸ਼ੇਰ ਸਿੰਘ ਦੀ ਤਾਂ ਸ਼ਮਸ਼ੇਰ ਸਿੰਘ ਕੈਮਰੇ ਦੇ ਅੱਗੇ ਆਉਣ ਤੋਂ ਗੁਰੇਜ਼ ਕਰ ਰਹੇ ਨੇ, ਪਰ ਜਤਿੰਦਰ ਸਿੰਘ ਨਾਲ ਅਸੀਂ ਰਾਬਤਾ ਕਾਇਮ ਕਰਕੇ ਤੁਹਾਡੇ ਅੱਗੇ ਜੋ ਸੱਚਾਈ ਹੈ ਉਹ ਪੇਸ਼ ਕਰਨ ਦੀ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ। ਜਤਿੰਦਰ ਸਿੰਘ ਕਹਿ ਰਹੇ ਨੇ ਕਿ ਮੈਨੂੰ ਡਿਵੋਰਸ ਚਾਹੀਦਾ, ਔਰ ਲੇਕਿਨ ਇਹਨਾਂ ਦੀ ਵਾਈਫ ਜੋ ਮਨਪ੍ਰੀਤ ਕੌਰ ਹੈ ਉਹ ਵੀ ਕਹਿ ਰਹੀ ਹੈ ਕਿ ਮੈਨੂੰ ਡਿਵੋਰਸ ਨਹੀਂ ਚਾਹੀਦਾ, ਮੈਨੂੰ ਸਿਰਫ ਮੇਰਾ ਹੱਕ ਚਾਹੀਦਾ। ਪਰ ਹੁਣ ਵੇਖਣਾ ਹੋਊਗਾ ਕਿ ਕੋਰਟ ਕਿਸ ਇਸ ਫੈਸਲੇ ਨੂੰ ਕੀ ਸੁਣਾਉਂਦੀ ਹੈ ਔਰ ਕਿਸ ਨੂੰ ਇਨਸਾਫ ਦਿੰਦੀ ਹੈ। ਸੋ ਜਤਿੰਦਰ ਸਿੰਘ ਦੀ ਇਹਨਾਂ ਗੱਲਾਂ ਤੋਂ ਬਾਅਦ ਮਾਮਲਾ ਗੜਬੜਿਆ ਜ਼ਰੂਰ ਲੱਗ ਰਿਹਾ, ਕਿਉਂਕਿ ਜਤਿੰਦਰ ਦੀ ਘਰਵਾਲੀ ਉਸਦੇ ਪਿੰਡ ਬਾਲੀਆਂ ਰਹਿੰਦੀ ਹੈ, ਜਦੋਂ ਕਿ ਜਤਿੰਦਰ ਸਿੰਘ ਆਪਣੇ ਪਿਓ ਸ਼ਮਸ਼ੇਰ ਸਿੰਘ ਦੇ ਨਾਲ ਸੰਗਰੂਰ ਰਹਿੰਦਾ ਹੈ। ਪਰ ਪਿਓ ਦੇ ਨਾਲ ਰਹਿਣ ਦੇ ਬਾਵਜੂਦ ਵੀ ਜਤਿੰਦਰ ਸਿੰਘ ਇਸ ਬਾਰੇ ਕੁਝ ਨਹੀਂ ਜਾਣਦਾ। ਸੋ ਮਾਮਲਾ ਸ਼ੱਕੀ ਜ਼ਰੂਰ ਹੋ ਰਿਹਾ, ਹੁਣ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਇਸ ਦੀ ਜਾਂਚ ਬਾਰੇ ਮੈਰਿਜ ਰਜਿਸਟਰਾਰ ਵੱਲੋਂ ਵੀ ਇਹ ਵਿਆਹ ਰਜਿਸਟਰ ਕਰਨ ਤੋਂ ਮਨਾ ਕੀਤਾ ਜਾ ਰਿਹਾ ਅਤੇ ਉਸਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਮਾਮਲੇ ਦੀ ਸਾਰੀ ਜਾਂਚ ਕੀਤੀ ਜਾਵੇਗੀ, ਕਿਉਂਕਿ ਕੁੜੀ ਦੇ ਬਾਪ ਦੇ ਵਜੋਂ ਗਵਾਹੀ ਦੇਣ ਵਾਲਿਆਂ 'ਤੇ ਵੀ ਰਜਿਸਟਰਾਰ ਨੂੰ ਸ਼ੱਕ ਹੋ ਰਿਹਾ। ਇਸ ਮਾਮਲੇ ਬਾਰੇ ਪਿੰਡ ਦੇ ਸਰਪੰਚ ਦਾ ਕੀ ਕਹਿਣਾ ਤੁਸੀਂ ਉਹ ਵੀ ਸੁਣੋ। ਹਾਂਜੀ, ਪਹਿਲਾਂ ਤਾਂ ਇਹ ਸਾਡੇ ਪਿੰਡ ਹੀ ਰਹਿੰਦੇ ਸੀ, ਫਿਲਹਾਲ ਇਹ ਸੰਗਰੂਰ ਰਹਿ ਰਹੇ ਨੇ ਜੀ। ਅੱਛਾ ਜੀ, ਕੀ ਇਹਨੇ ਵਿਆਹ ਕਰਾਇਆ, ਜਿਹੜਾ ਸਹੀ ਕਰਾਇਆ? ਨਹੀਂ ਜੀ, ਬੇਸੋ ਜੇ ਇਹ ਗੱਲ ਸੱਚੀ ਹੈ ਤਾਂ ਇਹ ਬਹੁਤ ਹੀ ਗਲਤ ਗੱਲ ਹੈ ਅਤੇ ਮਤਲਬ ਘਟੀਆ ਹਰਕਤ ਹੈ, ਇੱਦਾਂ ਨਹੀਂ ਕਰਨਾ ਚਾਹੀਦਾ ਜੀ। ਸੋ ਹੁਣ ਉੱਚ ਪੱਧਰੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਸਲ 'ਚ ਮਾਮਲਾ ਹੈ ਕੀ, ਅਤੇ ਜੇਕਰ ਮਾਮਲਾ ਕੁਝ ਗੜਬੜ ਹੁੰਦਾ ਤਾਂ ਇਕੱਲਾ ਸ਼ਮਸ਼ੇਰ ਸਿੰਘ ਨਹੀਂ ਬਲਕਿ ਉਹ ਸਾਰੇ ਜੇਲ੍ਹ ਜਾਣਗੇ ਜਿਨ੍ਹਾਂ ਵੱਲੋਂ ਇਸ ਵਿਆਹ ਦੇ ਲਈ ਗਵਾਹੀ ਵੀ ਦਿੱਤੀ ਗਈ ਹੈ, ਕਿਉਂਕਿ ਬਜ਼ੁਰਗ ਵੱਲੋਂ ਅਜਿਹਾ ਕਰਕੇ ਜਿੱਥੇ ਪਰਿਵਾਰ ਦੇ ਨਾਲ ਧੋਖਾ ਕੀਤਾ ਗਿਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਵੀ ਇਹ ਧੋਖਾ ਕਰਕੇ ਵੱਡਾ ਪਾਪ ਜ਼ਰੂਰ ਕੀਤਾ ਗਿਆ। ਇਸ ਕਰਕੇ ਹੁਣ ਇਹ ਮਾਮਲਾ ਪਰਿਵਾਰਕ ਮਾਮਲਾ ਨਹੀਂ ਬਲਕਿ ਸਮਾਜਿਕ ਹੋ ਚੁੱਕਾ, ਜਿਸ ਦੇ ਵਿੱਚ ਦਖਲ ਦੇਣਾ ਜ਼ਰੂਰ ਬਣਦਾ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।